يستجيب لي. إلهي إذا لم أتذرع إليك فترحمني، فمن ذا الذي يتذرع فيرحمني؟ إلهي فكما فلقت البحر لموسى عليه السلام ونجيته وسالوكا، أن تصلي على محمد مما لمحمد، أن تنجيني مما أنا فيه وتفرجني فرجنا عاجلنا غير عاجل، بفضلك ورحمتك يا أرحم الراحمين. مهربان مالك خاندان حسین دی شرف دست کا بانیان مجلس دا اہتمام انتظام اپنی بارگاہ وچ قبول فرما. مولا مومن آزادار میری ماں بہناں دیاں جتھ جتھ تشریف لین، مولا سارے کو بچہ بھراواں نال آباد و شاد، امین آخو. مولا علی ان ولی اللہ پڑھن والے دنیا دے جس کونے وچ بھی آباد ہیں، مولا پورا شوب دور ہے، مومنین دی عزت جان مال دی حفاظت فرما، ساری حاضری قبول فرما. بشار لا حول ولا قوة الا بالله العلي العظيم. بسم الله الرحمن الرحيم. الحمد لله والسلام على رسوله وحبيبه مدني سرکار دے الذي قيل في شانه وما ارسلناك الى رحمة للعالمين. سونی جی سلوات فطرت لانه وفي الزبور اشتهار وفي الجيل اظهار هو في القرآن كلاه شيء أحصيناه فيما مبين ناري داري اللہ دے نبی مسجد بیٹھے صحابہ نال مسجد بھری ہوئی ہے، صحابی نبی دے یار کو سجن، نبی دے یار دا بڑا مقام ہے. اسا شیعہ نے علی جتنی اسا صحابہ کو منے دوں ایویں کوئی نہیں منے گا، صحابہ دی جوتی سارے سر دا تاج، صحابہ دے پیرن دی مٹی سارے اکھی دا سرما، رند خانہ جڑا صحابہ کو برا بھلا کے وہ شریف آدمی کہنے، اوندا شیعت نال کوئی تعلق نہیں. کہیں مذہب نہ ہو سکتے شیعہ نہیں ہو سکتا، میں کوئی بندے آخر سے ملتبا تو سا گھٹ میں داخ دو موہ میں کلتی بیٹھو میں کرونا آگے ہو حیدرے اللہ دے واسطے میں جنہیں پڑھ دیکھ رہے ہیں پڑھ کر رہے ہیں میں نے ساری کو بڑھا دا کر رہا ہوں بطن جو تھیا بطن جو تھیا گبراتے نہیں کہ آخری بات گھٹ آخر دو میں کہ اتری دے پتر ہے ملنگ آگے ہی کن پوچھ ملنگ آگے میں کہ ملنگ ہے ملہ آدھے جو سے بات گھٹ آدھو آدھے اترا جو تھیا جاہل جو تھیا یوں کہ پتہ آسا علی یون ولی اور پڑھن والے پاگل اسے پڑھے لکھے لوگوں آسا بات کو بات آدھو گھٹ کو گھٹ آدھو آنا آنا حیدر میں نو کر میں نو کر میں نو کر اچھا ٹھیک ہے کیا پتا کیا پتا
ਕਿਸੇ ਦਾ ਡਰ ਨਹੀਂ, ਖੌਫ ਨਹੀਂ। ਮੈਂ ਆਪ ਜ਼ਿੰਮੇਵਾਰ ਆਦਮੀ ਹਾਂ, ਜ਼ਿੰਮੇਦਾਰ ਆਦਮੀ ਹਾਂ, ਆਪਣੇ ਰੱਖ ਦਾ ਵੱਡਾ ਬੰਦਾ ਹਾਂ। ਕਹੀਂ ਦਾ ਡਰ ਨਹੀਂ, ਖੌਫ ਨਹੀਂ, ਅਲਮ ਤੇ ਹੱਥ ਤੇ ਅੰਧਾ ਤੀਵਾਂ। ਬੀਬੀ ਸਿੰਘ ਜ਼ਾਕਰੀ ਖਾਸ ਕਹਿੰਦੇ ਜੋ ਖੁਸ਼ਾਮਦ ਬੇਟ ਕਹਿੰਦਾ ਵਾ, ਜਿਹੜਾ ਸਾਹਾਬਾ ਦਾ ਦੁਸ਼ਮਣ ਹੈ, ਅੱਲਾਹ ਦਾ ਦੁਸ਼ਮਣ ਹੈ, ਨਬੀ ਦਾ ਦੁਸ਼ਮਣ ਹੈ, ਅਲੀ ਦਾ ਦੁਸ਼ਮਣ ਹੈ, ਜ਼ਹਰਾ ਦਾ ਦੁਸ਼ਮਣ ਹੈ, ਜਿਹੜਾ ਸਾਹਾਬਾ ਕੁਮੰਦੇ ਕੱਠੇ ਮੁਫਤੀ ਬਿਠਾ ਦੇ, ਬੇਗੈਰਤ ਹੈ, ਲਾਂਤੀ ਹੈ, ਹਰਾਮਜ਼ਾਦ ਹੈ, ਵਲਾ ਵਲਾ ਸੁਣ। ਆਪਣੀ ਮਸਜਿਦ ਖੜ ਕੇ ਦੱਸੀ ਜੋ ਸ਼ੀਆਂ ਦਾ ਮੌਲ ਬੇਟਾ ਦਾ ਕਿਬਲਾ, ਜਿਹੜਾ ਸਾਹਾਬਾ ਕੁਮੰਦੇ ਕੱਢੇ ਵਕੀਲ ਆਲੇ ਮੁਹੰਮਦ ਮੁਫਤੀ ਪਿਆ ਦੇ, ਉਹ ਬਦਮਾਸ਼ ਆਈ, ਬਦਮਾਸ਼ ਆਈ, ਬਦਮਾਸ਼ ਆਈ। ਜਿਹੜਾ ਸਾਹਾਬਾ ਕੁਮੰਦੇ ਕੱਢੇ ਉਹ ਬਦਮਾਸ਼ ਆਈ, ਅਤੇ ਜਿਹੜਾ ਬਦਮਾਸ਼ ਕੋ ਸਾਹਾਬੀ ਬਣਾਈ ਵੱਧਾ ਹੋਵੇ ਉਹ ਬਦਮਾਸ਼ ਦਾ ਪੁੱਤਰ ਆਈ। ਨਾ 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 ਬੇਲਕ ਹੈਦਾਰੀ ਅੱਲਾਹ ਦੇ ਨਬੀ ਬੈਠੇ, ਇੱਕ ਸਾਹਿਬ ਹੀ ਉੱਠੀ ਖੜੇ ਜਲਦੀ ਜਲਦੀ ਵਤਨ ਹੈ। ਅਰੇ ਬੋਲਾ ਤੇਰੇ ਟੁਰਮਾ ਜਿਹੜੇ ਬਾਦਸ਼ਾਹ ਨੇ ਬਣਸੀ ਕਿਆ ਵੀ ਫਰਮਾਇਆ ਬਣਸੀ ਹੋ ਜੋ ਤੁਸੀਂ 73 ਟੋਲਾ ਬਣਸੋ। ਬੋਲਾ ਫਰਮਾਇਆ ਤੇ ਅੱਜ ਸੀ ਅੰਜਾਮ, ਬੋਲੋ ਫਰਮਾਇਆ 72ਵੇਂ ਸੀ ਜਹਾਨਾ ਵਿੱਚ ਇੱਕ ਜਨਤ, ਹੁਣ ਜੈ ਕਰੂ ਪੁੱਛਵਾ ਦਿਓ ਮੈਂ ਉਹ ਸੁਨੀਆ ਦੇ, ਮੈਂ ਸ਼ੀਆ ਦੇ, ਮੈਂ ਵਹਾਬੀਆ ਦੇ। ਇਹ ਸਰਦਾਰ ਬਾਈ ਅਗਰ ਨਬੀ ਆਖੇ ਨਾ 72ਵੇਂ ਸੀ ਜੰਨਤ ਵਿੱਚ ਅਤੇ 1ਵੇਂ ਸੀ ਜਹਾਨਾ ਵਿੱਚ, ਆਖੇ ਨਾ ਅੱਲਾਹ ਜਾਣੇ ਕਿਹੜਾ ਉਤਰੀ ਦਾ ਪੁੱਤਰ ਹੈ। ਨਾ ਕੋਈ ਤਰਾਵੇ ਪੜੀ ਆ, ਨਾ ਕੋਈ ਸੱਤ ਸੱਤ ਹੱਜ ਕਰੀ ਆ, ਕਿਹੜਾ ਉਤਰੀ ਦਾ ਪੁੱਤਰ ਹੈ। ਲੇਕਿਨ ਨਬੀ ਫਰਮਾਇਆ ਨਾ 72 ਜਨਮੀ ਇੱਕ ਜਨਤੀ, ਹੁਣ ਜੈ ਕਰ ਪੁੱਛੋ ਤੇ ਮੈਂ ਆਹ ਕਿਹੋ ਜਿਹਾ ਉਬਾਲਾ ਟੋਲਾ ਹੀ ਹੈ ਜਿਹੜਾ ਹੁਣ ਇਹਦਾ ਬਿਸਤਰੇ ਚਾਰ ਤੇ ਜੰਨਤ ਤੋਂ ਟੁਰਿਆ ਹੀ ਵਧੇ। ਆਓ ਸਾਰੇ ਕਹੀਂ ਕੋਲ ਨਾ ਪੁੱਛੋ ਕੁਰੇ ਸਾਹਿਬਾ, ਆਓ ਅੱਲਾਹ ਦੇ ਕੁਰਾਨ ਕੋਲ ਪੁੱਛੋ। ਇਹ ਅੱਲਾਹ ਦਾ ਕੁਰਾਨ, ਮੁਹੰਮਦ ਦਾ ਫਰਮਾਨ, ਅਲੀ ਦੀ ਜ਼ਬਾਨ, ਤੂੰ ਸਾਕੋ ਦੱਸਾ ਜਨਤੀ ਕੌਣ ਹੈ, ਜਹਨਮੀ ਕੌਣ ਹੈ। ਕੁਰਾਨ ਖੁੱਲ ਪਏ ਮੁਫਤੀਆ ਆਪਣੇ ਮਤਨ ਵਾਲੇ ਕੋ ਦੱਸਾ, ਯੋ ਮਾ ਨਦੂ ਕੁੱਲਾ ਉਨਾ ਸਿਮ ਬੇਈਮਾ ਮਿਹਿਮ, ਕਿਆਮਤ ਵਾਲੇ ਨੁਹਾਰ ਹਰ ਬੰਦਾ ਆਪਣੇ ਇਮਾਮ ਨਾਲ ਉੱਠਸੀ, ਸਾਰਾ ਨਹੀਂ ਫੈਸਲੇ ਚ ਵਜਮਾ ਦੋ। ਹੁਣ ਕੱਲ ਕੁਰਾਨ ਦੀ ਫੈਸਲਾ ਤੁਹਾਡੇ ਹੱਥ ਵਿੱਚ, ਅਗਰ ਇਮਾਮ ਜਨਤੀ ਤਾਂ ਮੁਰੀਦ ਹੀ ਜਨਤੀ ਹੈ ਦਰੀ। ਇਮਾਮ ਜਹਨਵੀ ਫੈਸਲਾ ਸੁਲਤਾਨ ਦੇ ਬੱਚੇ ਬੈਠੇ ਆਪਣੇ ਰੱਖ ਦਾ ਵੱਡਾ ਬੰਦਾ, ਮੌਲਾ ਦੀ ਕਸਮ ਹੈ ਜਿਤਨੀ ਆਹਦਾ ਬੇਟਾ ਖੁਸ਼ਾਮਤ ਨਹੀਂ। ਇਲਾਕੇ ਦੇ ਅਫਸਰ ਹੀ ਨੇ ਦੇਰੇ 'ਤੇ ਟਿਕਦੇ, ਬਹੁਤ ਵੱਡਾ ਸਰਦਾਰ ਹੈ। ਮੌਲਾ ਦੇ ਕੋਲੋਂ ਖੇਡ ਵਜੇ ਇਮਾਮ ਜਨਤੀ ਮੁਰੀਦ ਜਨਤੀ ਇਮਾਮ ਜਹਨਵੀ ਮੁਰੀਦ ਫਰੰਟ ਸੀਟ 'ਤੇ ਹੋ ਸੀ। ਆ ਹੁਣ ਜੰਨਤ ਵਾਲਾ ਇਮਾਮ ਗੋਲ ਬਣਾ ਬਣਾ ਨਹੀਂ ਗੋਲਣੇ, ਕਿਉਂ ਜੇ ਤੂੰ ਤੇ ਮੈਂ ਬਣੇ ਸੋ ਜ਼ਿੰਦਾਬਾਦ, ਵਾਹ 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 ਵਾਹ। 2 ਸਾਲ ਦੇ ਬਾਅਦ ਉਤਰੇ ਮਹਿੰਗਾਈ ਥੀਂਦੀ ਵੈਂਦੀ ਹੈ, ਲਹਿਮਨ 2.5 ਸਾਲ ਦੇ ਬਾਅਦ ਉਤਰਾ ਪੈਟਰੋਲ ਨਹੀਂ ਮਿਲਦਾ, ਲਹਿਮਨ 3 ਸਾਲ ਗੁਜ਼ਰਨ ਕੁੱਤਾ ਲਹਿਮਨ ਕਮੀਨਾ ਲਹਿਮਨ ਕਿਉਂ ਖੜੇ ਆ ਤੂੰ ਜੋ ਅੱਸਾ ਬਣਾਏ, ਜੇਕੋ ਅੱਸਾ ਬਣੇ ਸੂੰ ਅੱਸਾ ਦੀ ਕਾਰ ਹੋ ਸੀ, ਜੇਕੋ ਉਹ ਬਣੇ ਸੀ ਮਿਲ ਗਏ ਹੈਦਾਰੀ ਮਿਲ ਕੇ ਹੈਦਾਰੀ। ਬਣਾ ਗੋਲ ਨਾ, ਓਏ ਬਣਾ ਨਾ ਗੋਲ। ਅੱਜ ਕੋ ਮੈਂ ਦੱਸਾਂ ਗੋਲ ਲੈਣ ਦਾ ਤਰੀਕੇਕਾਰ ਕਹੇ, ਮੇਰੇ ਬਾਬਾ ਮੁਫਤੀ ਸਾਹਿਬ ਫਰਮਾਇੰਦਾ ਹੁੰਦਾ ਉਤਰਾ ਹਰ ਸ਼ੈ ਲੱਭ ਪਾਉਂਦੀ ਹੈ। ਬਾਬਾ ਫਰਮਾਇੰਦਾ ਹਾਂ ਇਹ ਲੋਟਾ ਕਿੰਨੇ ਖੜਕੇ ਦੇ ਸਾਰੇ ਪਾਸੇ, ਦਾਜ ਵਾਲੇ ਪਾਸੇ ਪਾਣੀ ਸੱਟਦੇ ਨਹੀਂ ਹੁੰਦਾ, ਖੜਾ 2 ਰੁਪਏ ਦਾ ਲੋਟਾ ਖੜਕੇ ਦੇ ਪਾਣੀ ਸੱਟੇ ਦੇ। ਇੱਕ ਬੰਦਾ ਜੁੱਤੀ ਗਿਰਣ ਗਏ, ਮੈਂ ਗਿਆ ਬਾਲ ਲਾਲ ਹਲੀ ਦਲਵਾਰ, ਉਹ ਆਏ ਤੇ ਦੁਕਾਨਦਾਰ ਰੱਖੇ ਜੁੱਤੀ ਦੇਖ ਈ ਕੀਤੇ ਅਖੇ ਰੈਗਜ਼ੀਨ ਹੈ ਜਾਂ ਚਮੜਾ ਹੈ, ਹੁਣ ਕਿਸੇ ਕਹਿ ਨਹੀਂ
جتی کھندے مروڑ مروڑ کڑے دے میلا آسمان ہاں اٹھویں جماعت پڑھ دیا سے بڑا میلہ ہوندا ڈیرے والا اتے گیوں میں اٹھویں پڑھدا ڈٹے میں گھوڑا وکدا پیا اللہ کتنے دے وہ کہ 2.5 لاکھ دا میں آپ ہی پریشان تھی گیا پوچھو کاکا 2.5 لاکھ دے دی تعریف صفتا آ کے پوچھ لگام دا آ کے بال پکڑ باوے زین دا جی میں کار تے بیٹھی قدمے دا او کہ گنتی چکار نیدرت نہیں ہویا گی 2.5 لاکھ دا تو کو نہیں پی پیندا پلو کھڑا کھندا قدمے دا گنتی دا کر بھلا پوچھت کا کہ نسل دا کیویں میں کہ میں جٹا نسل جو پوچھی اوتر ہند نہ رشتہ داری کرنی ادے نہ مل ساتھی کھائے مانو نہ مل سما نسلی واسطے پوچھیے جو نسلی ہو سی تے شریف ہو سی بے نسلا ہو سی تے کمینا ہو سی شرم کر حیا کر گندی ماں دا پترا بندہ گھوڑا گھندے اودی نسل پوچھ دے اوترا جیندے پچھو جنت ملی کدو امام دی نسل ہی پوچھی اللہ دا بنائے ہویا ہے بندے دا بنائے ہویا ہے سید امتی آل عمران یا آل مروان کئی بتول دا پتر ہے یا کئی فضول دا پتر ہے نہیں 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 حیدری لا 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 میرے کے حیدری بس مکم حیدری امام گول زندگی ہوئے امام زندگی گول میں پڑھتا پیا سندھ حیدرآباد دے نال مٹیاری ایک سندھی اٹھے کہ بول جا امام بھی گول روا امام بھی گول لے میں کیا بابا ارے بابا اصا تک بولنا کونے دا کونے سے روز دیکھتا ہوں میں کتنا لے دی اگے شام دا ٹائم تھی وے اما روٹی سٹے کتا بھونک پو وے امام دروازے تے اکڑی ہوں دیئے نا جار نا وطنی بندے نال وطنی بندے کلا تھے میں کہو امام نہیں ہے کہڑا امام میں کہ جن دے پیچھے جنت ملنی ہے اگے اودی سنیا انڈا او کہنا پیا تھی میں کہ قران کو بھجا اللہ قران محمد فرمان علی دی زبان تو دسا کیویں گونو قران دے پہلی صفت اللہ بناوے پہلی صفت ہے دوسری صفت نبی ہاتھ نپ کے دکھاوے اللہ بناوے نبی ہاتھ ناپ کے دکھاوے تریجی صفت امام عالم ہووے گھر میں جو ٹیوشن نہ رکھی کھڑا ہووے اللہ بناوے علی جیسا عالم لکھا نبی ہاتھ ناپ کے دکھاوے مقام خم غدیر اترتے کو نہیں لبھنے مقام خود نبی فرمے دکھنے اینا اینا علی ابن ابی طالب دکھائے میں دکھائے نوکر حاضر بردہ حاضر غلام حاضر علی احنام نے میں نوکر حاضر غلط ہے جھوٹے بکواس ہے یہ لیکن ملہ پھٹے وزہر جو چیہ سی علی کو اللہ نہ رلے کھنے حاضر نہیں کہیں اللہ کرے تو کو ہوں جائیں ملہ نہ ملہ ہو گئے جو چوب کر گیا علی کو اللہ نال رکھنے غلط ہے جھوٹ ہے بکواس ہے جیڑا علی کو اللہ نال رلاوے بے دین ہے بغیرت ہے حرام زادہ ہے کتا ہے جیڑا علی کو اللہ نال رلاوے او کتا ہی تے جیڑا علی کو ملا نال رلاوے او کتے دا پتر ہی حیدری حیدری اتھائی مکے دا پیا بس لمبا نہ ہو جاوا نوکر حاضر بردہ حاضر غلام حاضر علی اپنے آپ کو کنو خدا نہیں آگے رات اللہ دی قسمیں ملہ دی گال بابا سی میں کو بڑی بزا دیتی ہے ملہ بیٹھا ہے جنی ناڑی آلا جنال بیٹھا رہے مولی بیٹھا تھے اور دے پی علی جیسا بندہ تے دکھاو توجہ ملہ دی گال تو کو سمجھ آگے نا ساری رات نارے مارے کھڑے یہ فکر دے بدلہ کہیں نہیں علی جیسا کوئی بندہ کہیں نہیں علی جیسا ہے ملہ بیٹھا دا او جناب سردار موسیٰ خان سے او سردار میں سردار کے نو محرم پڑھے سویرے مٹی دیکھا میں دا ہاں دوپار ہے کوئی بکر دا گوشت رات دا روٹی میں خان کے
ਘਬਰਾ ਤੈਨੂੰ ਵੀ ਕਹਿੰਦਾ ਮੌਲਵੀ ਬੈਠਾ ਆਦਾ ਸਰਦਾਰ ਮੂਸਾ ਖਾਂ ਮੌਲਵੀ ਬੈਠਾ ਆਦਾ ਅਲੀ ਜੈਸਾ ਬੰਦਾ ਦਿਖਾਓ ਉਹ ਆਖਿਆ ਹਰਾਮਜ਼ਾਦਾ ਵੱਡੇ ਵੱਡੇ ਬਾਦਸ਼ਾਹ ਵੱਡੇ ਵੱਡੇ ਬਾਦਸ਼ਾਹ ਲੱਖਾਂ ਬੰਦੇ ਮਰਵੇਂਦੇ ਹਨ ਜੋ ਸਾ ਕੁੱਲ ਹੱਸਡੋ ਸਾ ਕੁੱਲ ਹੱਸਡੋ ਸਾ ਕੁੱਲ ਹੱਸੋ ਲੋਕ ਆਦਿਆਂ ਤੂੰ ਬੰਦਾ ਅੱਲਾ ਕਿਵੇਂ ਸਡੋ ਤੇ ਅਲੀ ਉਹ ਸ਼ਖਸੀਅਤ ਆਹਦਾ ਖੜੇ ਮੇਰੇ ਕੋ ਬੰਦਾ ਸਡੋ ਲੋਕ ਆਦੇ ਨਾ ਤੂੰ ਅੱਲਾ ਹੈ ਨੌਕਰ ਹਾਜ਼ਰ ਬਰਦੀ ਮੁਖੇ ਦਾ ਪਿਆ ਨੌਕਰ ਹਾਜ਼ਰ ਬਰਦਾ ਹਾਜ਼ਰ ਗੁਲਾਮ ਹਾਜ਼ਰ ਸਰਕਾਰ ਮੁਸਤਫਾ ਆਪਣੇ ਘਰ ਚ ਜਨਾਬ ਸੈਦ ਜ਼ਹਰਾ ਦੀ ਹਾਂ ਬਾਬਾ ਮੈਂ ਰੋਜ਼ ਦੇਖਦੀ ਅਲੀ ਆਦੇ ਮੈਂ ਨੌਕਰ ਹਾਂ ਤੁਹਾਨੂੰ ਹੱਥ ਮੈਂ ਨੌਕਰ ਹਾਂ ਤੇ ਬਾਬਾ ਤੁਹਾਨੂੰ ਦੇਖਦੀ ਹਾਂ ਤੂੰ ਆਦੀ ਯਾ ਅਲੀ ਅੰਤ ਅਖੀ ਅੰਤ ਵਸੀ ਅੰਤ ਵਾਰਸੀ ਤੂੰ ਵਸੀ ਹੈ ਤੂੰ ਵਸੀਰ ਹੈ ਤੂੰ ਮੇਰੀ ਪਗ ਦਾ ਵਾਰਸ ਹੈ ਬਾਬਾ ਉਹਦੇ ਮੈਂ ਨੌਕਰ ਹਾਂ ਤੂੰ ਆਦੇ ਨਫਸੋ ਕ ਨਫਸੀ ਐਨੋ ਕ ਐਨੀ ਵਜੋ ਕ ਵਜੀ ਲਾਮੋ ਕ ਲਾਮੀ ਦਮੋ ਕ ਦਮੀ ਤੇਰੀ ਅੱਖ ਮੇਰੀ ਅੱਖ ਤੇਰਾ ਨੱਕ ਮੇਰਾ ਨੱਕ ਤੇਰਾ ਕੋਈ ਮੇਰਾ ਤੂੰ ਮੇਰਾ ਮੈਂ ਤੇਰਾ ਉਹ ਆਦੇ ਮੈਂ ਨੌਕਰ ਹਾਂ ਤੂੰ ਵਸੀ ਵਜ਼ੀਰ ਸੇ ਬਾਬਾ ਅੱਲਾ ਦਾ ਵਾਸਤੇ ਹੀ ਦੱਸਾ ਤੂੰ ਸਾਲੀ ਕੋ ਨੌਕਰ ਕਿਉਂ ਵੇਚਣੇ ਦੇ ਧੀ ਦਾ ਮੂੰਹ ਚੁੱਕ ਫਿਰ ਮੈਂ ਬੱਚੜਾ ਨੌਕਰੇ ਕੋ ਧੀਆਂ ਨਹੀਂ ਨੀ ਵੇਚਦੀਆਂ ਰਹਿੰਦੀਆਂ ਆਖਰ ਮਿਲ ਗਏ ਹੈਦਾਰੀ ਅੱਲਾ ਬਣਾਵੇ ਨਬੀ ਹੱਥ ਨਾਪ ਕੇ ਦਿਖਾਵੇ ਆਲਮ ਹੋਵੇ ਤੇ ਬਹਾਦਰ ਹੋਵੇ ਬੁਜ਼ਦਿਲ ਨਾ ਹੋਵੇ ਉਤਰਾ ਦੀ ਸਾਡੇ ਇਮਾਮੇ ਕੁਨੀਵੇਂ ਬਣੇ ਦੇ ਤ੍ਰੈ ਚਾਰ ਨਹੀਂ ਤ੍ਰੈ ਲੱਖ ਕੇ ਨਾ ਬਣੇ ਸੂ ਅਸਾਂ ਸ਼ੀਆ ਖਰੇ ਲੋਕ ਤ੍ਰੈ ਕਰੋੜ ਕੇ ਨਾ ਬਣੇ ਸੂ ਲੇਕਿਨ ਬਣੇ ਸੂ ਇਵੇਂ ਜਿਵੇਂ ਕੁਰਾਨ ਦੇ ਅਗਰ ਤੇਰੇ ਇਮਾਮ ਅੱਲਾ ਬਣਾਏ ਆਇਤ ਲਿਖਾ ਨਬੀ ਹੱਥ ਨਾਪ ਕੇ ਲਿਖਾ ਮਿੰਬਰ ਲਿਖਾ ਆਲਮ ਹਾਨੂੰ ਉਹ ਮਸਲਾ ਲਿਖਾ ਜਿਹੜਾ ਅਲੀ ਦੇ ਬਗੈਰ ਹੱਲ ਕੀਤਾ ਹੋਣੇ ਜੇ ਬਹਾਦਰ ਹਨ ਪੱਕੀ ਰੋਟੀ ਤੂੰ ਬੁਖਾਰੀ ਬੁਖਾਰੀ ਤੂੰ ਕਿਤਾਬ ਸਕੀਫਾ ਪਾਕਿਸਤਾਨ ਦੇ ਮੁੱਲਾ ਤੂੰ ਮੁੱਲਾ ਉਮਰ ਉਸਾਮਾ ਇਮਾਮ ਕਾਬਾ ਤੱਕ ਵਕੀਲ ਆਲ ਮੁਹੰਮਦ ਚੈਲੇਂਜ ਹੈ ਪੰਜ ਲੱਖ ਰੁਪਏ ਇਨਾਮ ਦੇਸਾ ਲੱਖ ਲਾ ਦਸ ਲੱਖ ਵੀਹ ਲੱਖ ਦੀ ਗੱਲ ਹੀ ਦੇਸਾ ਸਵੇਰ ਵਾਲੀ ਨਮਾਜ਼ ਤੇ ਮੁੱਲਾ ਦੇ ਪਿੱਛੋਂ ਪੜਸਾ ਨਬੀ ਦੇ ਦੌਰ ਚ ਜਿਤਨੀ ਜੰਗਾਂ ਥੈਨ ਕਈ ਇੱਕ ਜੰਗ ਚ ਅਲੀ ਦਾ ਭਜਨ ਲਿਖਾ ਤਾ ਹਿੰਨੇ ਦਾ ਲਲਨ ਲਿਖਾ ਤਾ ਹੈਦਰੀ 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 ਇੱਕੋ ਮਿੰਟ ਬਸ ਇੱਕੋ ਮਿੰਟ ਮਸਾਬ ਇੱਕੋ ਮਿੰਟ ਗੜਿਆ ਤੇਰੇ ਗਿਨੋ ਇਤਨੀ ਮਾਰੇ ਨੇ ਨਬੀ ਦੀ ਧੀ ਕੋ ਅੱਲਾ ਦੀ ਅਜ਼ਮਤ ਦੀ ਕਸਮ ਹੈ ਕੁੱਤੇ ਦਾ ਬੱਚਾ ਫਤਵੇ ਲੈਣੀ ਸ਼ੀਆ ਰੋਂਦੇ ਜਨਾਬ ਜ਼ਹਰਾ ਦੀ ਹਸਨ ਹੁਸੈਨ ਜੀ ਬੇਟਾ ਵੰਜੋ ਮੇਰੇ ਨਾਨੇ ਖੇਡ ਆਪਣੇ ਨਾਨੇ ਖੇਡ ਵੰਜੋ ਮੇਰੇ ਵਾਸਤੇ ਦੁਆ ਮੰਗਵਾਓ ਜੇ ਰੋਵਣ ਆਇਓ ਦੂਹੇ ਫਿਰਾਨ ਬਿਠੇ ਨਾਨੇ ਦੀ ਖਬਰ ਤੇ ਹਸਨ ਸਿਰਾਂ ਦੀ ਹੁਸੈਨ ਭਵਾਂ ਦੀ ਬੱਚੜਾ ਕਿਵੇਂ ਆਇਓ ਹਸਨ ਉੱਠੀ ਨਾਨਾ ਅੰਮਾ ਬਿਮਾਰ ਹੈ ਦੁਆ ਮੰਗਵਾਉਣਾ ਹੈ ਦੁਆ ਮੰਗ ਅੱਲਾ ਦਾ ਨਬੀ ਹੈ ਸਾਰੀ ਮਾਂ ਕੋ ਖੈਰ ਆਵਣੇ ਜਿਤਨੀ ਸੈਦ ਬੈਠੋ ਟਾਈਮ ਹੁੰਦਾ ਹਰ ਸੈਦ ਦੇ ਪੀਰਾਂ 'ਤੇ ਹੱਥ ਰੱਖ ਕੇ ਮਾਫ਼ੀ ਮੰਗਾ ਚਾਬਾ ਕੁਰਾਨ ਮੇਰੇ ਸਿਰ 'ਤੇ ਰੱਖ ਹੱਸਣ ਦੇ ਲਾਜ਼ ਨਹੀਂ ਮੁੱਕੇ ਹੁਸੈਨ ਉੱਠੀ ਖੜੇ ਨਾਨਾ ਇਹ ਅਮੀਰ ਹੀ ਅਮੀਰ ਹੀ ਅਲੱਗ ਗੱਲ ਹੀ ਕਰੇ ਨਾ ਖੜੀ ਨਾਨਾ ਅੰਮਾ ਬਿਮਾਰ ਨਹੀਂ ਅੰਮਾ ਜ਼ਖਮੀ ਅੰਮਾ ਕੋ ਇਤਨੇ ਮਾਰੇ ਨੇ ਜੋ ਅੰਮਾ ਸੱਜੇ ਹੱਥ ਨਾਲ ਤਸਮੀ ਨਹੀਂ ਪੜ ਸਕਦੀ ਆਖੇ ਮੈਂ ਇੱਕ ਮਿੰਟ ਮਸਾਏ ਪੜਸਾ ਜ਼ਹਰਾ ਦਾ ਜਨਾਜ਼ਾ ਤੂੰ ਜੋ ਆਦੀ ਛੀਆ ਰੋਂਦੇ ਵਕੀਲ ਆਲ ਮੁਹੰਮਦ ਮੈਂ ਤੁਹਾਡੇ ਮਜ਼ਹਬ ਦਾ ਨੌਕਰ ਹਾਂ ਛੋਟਾ ਜਿਹਾ ਤਾਲੇ ਬਿਨੂੰ ਹਾਂ ਮੌਲਵੀ ਨਹੀਂ ਪੜੋ ਕਿਤਾਬਾਂ ਕੁੱਤੇ ਦਾ ਬੱਚਾ ਪੜ੍ਹੇ ਤੂੰ ਨਾ ਫਤਵੇ ਛੀਏ ਤੇ ਲਾਵੇਂ ਜਿਹਨੇ ਜ਼ਹਰਾ ਟੁਰੀ ਹੈ ਦੁਨੀਆ ਤੋਂ ਮਦੀਨੇ ਦੀ ਆਬਾਦੀ 36 ਤੋਂ 40,000 ਆਖਰੀ ਬੰਦੇ ਤੱਕ ਕਿਤਨੀ ਆਬਾਦੀ ਹੈ 40,000 ਦੀ ਆਬਾਦੀ ਹੇ ਕੌਣ ਮਰਨ ਵਾਲੀ ਮੁਹੰਮਦ ਦੀ ਧੀ ਮੁਹੰਮਦ ਦੀ ਧੀ ਦਾ ਜਨਾਜ਼ਾ 40,000 ਦੀ ਆਬਾਦੀ ਬੰਦੇ ਛੀ ਜਿਹਨੇ 20 ਕਦਮ ਦੇ ਜਨਾਜ਼ਾ ਹੈ ਸਯਾਦਾ ਦੇ ਛਬੀ ਜੀ ਬਾਬਾ ਜਾਨ ਜਨਾਜ਼ਾ ਕੌਣ ਛੇ
छोटे बाल दी मां ना मरे नहीं तो गुजर वे शाम हो दी है बच्चा दीवारा कुड अली मुसल्ला बिछाए तकबीर वास्ते हाथ बुलंद की दे या फिजा दी को गई है मौला नारा अली जो अंदारा है जिठ ज़ैनब मिट्टी दे सुंदी वे कलसूम मिट्टी दे सुंदी वे सैयदा दे फिजा नज़ा मेरा हुसैन किते नजर नहीं आदा अली चराग मारे टूटदा होया जन्नत अल बकी है ਇਤਸ ਮਾ ਦੀ ਕਬਰ ਤੇ ਸੁਦਮ ਆਦਾ ਬਾਬਾ ਹੀ ਵਧਾ ਅੰਮਾ ਮੈਂ ਕੁਨਿੰਦ ਰਹੀਏ ਅੰਮਾ ਤੇਰੇ ਬਗੈਰ